किथे तो भारतीय जनता पार्टी का नारा, अकाली दल का नारा कि देश बचाओ बेटी बेटी पढ़ाओ, तो अज बेटिया की नाल बलात्कार हो जाता, अज बेटिया की हत्या हो जाती है। देखो जी कांग्रेस के राज कुछ हों, दूजिया के राज्य मायावती के राज हों, मुलायम सिंह के राज हों, ये जंगल राज बनया। हुण की मोदी साहब मैं पुछना चाहना कि ये जंगल राज नहीं है, असी की साबित करना चाहते हैं। जिथे कि टिकटॉक बंद करती, टिकटॉक की गल नहीं मैप की गल सी, और जो चाइना वाली फौज है वो तो मैप साढ़े, जो मैप देखी तो साढ़े चलो मीटर अंदर आ बड़े हैं। असी टिकटॉक बंद करके की साबित करना चाहते हैं, यदा मतलब यही कल टिकटॉक बंद करती साडा मसला हल हो गया। साडा टिकटॉक ना मोदी जी मसला हल होने वाला नहीं, इतने ना ही साडी सूबे की सरकार ना ही साडी भारत सरकार ये गल कहती है कि बई गरीबी मैं तो रह नहीं दूंगी। मैं ये लगता है कि तुम गरीबों नहीं रहन देना। जय भीम, जय भारत। मैं गुरमेल सिंह जी के सूबा सकत्तर बहुजन समाज पार्टी पंजाब। तो साथियों आप गल करांगे अज दे साडे देश दे हालातों ते, क्योंकि साडे देश दे अज भारतीय जनता पार्टी दे सरकार दे हुंदे इहो जिहे हालात बन गए आ कि जिथे निके निके बच्चियां दे नाल बलात्कार, बच्चियां दे बलात्कार दे नाल कि नाल उहनां दी हत्या, किथे तां भारतीय जनता पार्टी का नारा, अकाली दल का नारा कि देश बचाओ बेटी बेटी पढ़ाओ, तो अज बेटिया की नाल बलात्कार हो जाता, अज बेटिया की हत्या हो जाती है। अज बिहार दे विच एक फौज दे विच रहा होया बंदा जिहड़ा कि किड्डी घरौनी उहने बंदे ने हरकत की है, ਤਾਂ ਉਹ ਅੱਜ ਬੰਦਾ ਉਹਦੇ ਖੇਤ ਦੇ ਵਿੱਚ ਅੰਬਾਂ ਦੇ ਕੁਛ ਬੂਟੇ ਲੱਗੇ ਹੁੰਦੇ ਆ। ਇੱਕ ਛੋਟੀ ਜਿਹੀ ਲੜਕੀ 14-15 ਸਾਲ ਦੀ, ਉਹ ਅੰਬ ਚੁਗਣ ਦੇ ਬਹਾਨੇ ਖੇਤ ਦੇ ਵਿੱਚ ਜਾਂਦੀ ਹੈ, ਚਲੀ ਜਾਂਦੀ ਹੈ। ਬੱਚਿਆਂ ਨੂੰ ਲਾਲਚ ਹੁੰਦਾ ਜਾਮਣਾ ਚੁਗਣ ਦਾ, ਅੰਬ ਚੁਗਣ ਦਾ, ਜਦੋਂ ਬੱਚੇ ਇੰਨੀ ਕੁ ਉਮਰ ਦੇ ਹੁੰਦੇ ਆ ਤਾਂ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਬਲਾਤਕਾਰ ਹੋ ਜਾਣਾ। ਬਲਾਤਕਾਰ ਆਪਣੇ ਘਰਵਾਲੀ ਦੇ ਸਾਹਮਣੇ ਕਰਦਾ ਔਰ ਨਾਲ ਹੀ ਉਹਦੀ ਹੱਤਿਆ ਵੀ ਕਰ ਦਿੰਦਾ। ਦੇਖੋ ਅੱਜ ਸਾਡੇ ਦੇਸ਼ ਦੇ ਕੀ ਹਾਲਾਤ ਆ। ਮੈਨੂੰ ਲੱਗਦਾ ਕਿ ਦੇਸ਼ ਦੇ ਵਿੱਚ ਜਿਵੇਂ ਕਿਸੇ ਨੂੰ ਡਰ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਜੇ ਗੱਲ ਲੈ ਲਈਏ ਯੂਪੀ ਦੀ, ਇੱਕ ਦੂਬੇ ਨਾਂ ਦੇ ਬੰਦੇ ਨੇ ਦੇਖੋ ਪੁਲਿਸ ਵਾਲੇ ਮੁਲਾਜ਼ਮ ਮਾਰਤੇ, ਪੁਲਿਸ ਵਾਲੇ ਮੁਲਾਜ਼ਮਾਂ 'ਤੇ ਗੋਲੀਆਂ ਚਲਾਤੀਆਂ, ਕਿੰਨੇ ਘਰ ਯਾੜਤੇ, ਔਰ ਅੱਜ ਉਹਦਾ ਹੁਣ ਘਰ ਢਾਉਣ ਲੱਗੇ ਹੋਏ। ਉਹਦਾ ਕੀ ਫਾਇਦਾ? ਉਹ ਬੰਦਾ ਕਦੇ ਅੱਜ ਲੱਗਾ ਹੋਣਾ, ਉਹ ਬੰਦੇ ਨੇ ਕਿੰਨੇ ਪਹਿਲਾਂ ਕ੍ਰਾਈਮ ਕੀਤੇ ਹੋਣੇ ਆ, ਛੋਟੇ ਕ੍ਰਾਈਮ ਕੀਤੇ ਹੋਣੇ, ਫਿਰ ਬੰਦੇ ਨੇ ਵੱਡੇ ਕ੍ਰਾਈਮ ਕੀਤੇ ਹੋਣੇ, ਉਹਨੂੰ ਪਹਿਲਾਂ ਕਿਉਂ ਨਹੀਂ ਨੱਥ ਪਾਈ? ਉਦੋਂ ਨੱਥ ਪਾਈ ਜਦੋਂ ਉਹਨੇ ਸਾਡੇ ਦੇਸ਼ ਦੇ ਨੌਜਵਾਨ ਜਿਹੜੇ ਆ ਉਹ ਮੌਤ ਦੇ ਘਾਟ ਉਤਾਰ ਦਿੱਤੇ ਆ। ਤਾਂ ਮੋਦੀ ਸਰਕਾਰ ਇਹ ਵਾਰ ਵਾਰ ਕਹਿੰਦਾ ਸੀ ਮੋਦੀ ਜਦੋਂ ਦੀ ਸਰਕਾਰ ਨਹੀਂ ਆਈ ਸੀ ਕਿ ਜਦੋਂ ਮੇਰੀ ਸਰਕਾਰ ਤੁਸੀਂ ਲੈ ਕੇ ਆਓ ਮੈਂ ਅੱਛੇ ਦਿਨ ਲੈ ਕੇ ਆਊਂਗਾ। ਦੇਖੋ ਜੀ ਕਾਂਗਰਸ ਦੇ ਰਾਜ ਦੇ ਵਿੱਚ ਆਹ ਕੁਛ ਹੁੰਦਾ ਜੀ, ਦੂਜਿਆਂ ਦੇ ਰਾਜਾਂ ਦੇ ਵਿੱਚ ਮਾਇਆਵਤੀ ਦੇ ਰਾਜ ਦੇ ਵਿੱਚ ਆਹ ਹੁੰਦਾ ਜੀ, ਮੁਲਾਇਮ ਸਿੰਘ ਦੇ ਰਾਜ ਦੇ ਵਿੱਚ ਆਹ ਹੁੰਦਾ ਜੀ, ਇਹ ਜੰਗਲ ਰਾਜ ਬਣਿਆ। ਹੁਣ ਕੀ ਮੋਦੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਇਹ ਜੰਗਲ ਰਾਜ ਨਹੀਂ ਹੈ? ਇਹ ਜੰਗਲ ਰਾਜ ਤੋਂ ਵੀ ਜਿਹੜਾ ਰਾਜ ਭੈੜਾ ਹੋ ਚੁੱਕਿਆ ਵੈ। ਮੋਦੀ ਸਾਹਿਬ ਤੁਹਾਡਾ ਧਿਆਨ ਕਿੱਥੇ ਆ? ਅੱਜ ਅਸੀਂ ਜੇ ਗੱਲ ਲੈ ਲਈਏ ਟਿਕਟੋਕ ਬੰਦ ਕਰ ਦੀ ਚੈਣਾ ਦੀ, ਸਾਡੇ ਨਾਲ ਜੀ ਗੱਲ ਹੋ ਗਈ, ਸਾਡੇ ਜਿਹੜੇ ਆ ਫੌਜ ਦੇ ਸਾਥੀ ਆ ਉਹਨਾਂ ਨੇ ਸ਼ਹੀਦ ਕਰਤਾ 20 ਸਾਥੀਆਂ ਨੂੰ, ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ? ਜਿੱਥੇ ਕਿ ਟਿਕਟੋਕ ਬੰਦ ਕਰਤੀ, ਟਿਕਟੋਕ ਦੀ ਗੱਲ ਨਹੀਂ ਮੈਪ ਦੀ ਗੱਲ ਸੀਗੀ, ਔਰ ਉਹ ਜਿਹੜੇ ਚਾਈਨਾ ਵਾਲੀ ਫੌਜ ਹੈ ਉਹ ਤਾਂ ਮੈਪ ਸਾਡੇ, ਜੇ ਮੈਪ ਦੇਖੀ ਤਾਂ ਸਾਡੇ ਕਿਲੋ ਮੀਟਰ ਅੰਦਰ ਆ ਬੜੇ ਆ। ਅਸੀਂ ਟਿਕਟੋਕ ਬੰਦ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹਾਂ? ਇਹਦਾ ਮਤਲਬ ਇਹ ਕਲੀ ਟਿਕਟੋਕ ਬੰਦ ਕਰਤੀ ਸਾਡਾ ਮਸਲਾ ਹੱਲ ਹੋ ਗਿਆ? ਸਾਡਾ ਟਿਕਟੋਕ ਨਾ ਮੋਦੀ ਜੀ ਮਸਲਾ ਹੱਲ ਹੋਣ ਵਾਲਾ ਨਹੀਂ। ਜਿਹੜੀ ਸਾਡੀ ਜ਼ਮੀਨ ਹੈ, ਲੱਦਾਖ ਦੇ ਲੋਕ ਵੀਡੀਓ ਪਾਪਾ ਭੇਜਦੇ ਆ ਕਿ ਜਿਹੜੀ ਚਾਈਨਾ ਦੀ ਫੌਜ ਹੈ ਉਹ ਸਾਡੇ ਇੰਨੇ ਅੰਦਰ ਆ ਗਈ ਹੈ। ਮੈਨੂੰ ਨਹੀਂ ਸਮਝ ਆਉਂਦੀ ਕਿ ਜਿਹੜੇ ਮੋਦੀ ਸਾਹਿਬ ਕਿਉਂ ਉਸ ਗੱਲ 'ਤੇ ਚੁੱਪ ਹੈ। ਜੇ ਇੱਕ ਦੇਸ਼ ਆ ਤੁਹਾਡੇ ਹੱਥ ਦਿੱਤਾ, ਤੁਹਾਨੂੰ ਵੋਟਾਂ ਪਾ ਕੇ ਰਾਜ 'ਤੇ ਪਾਇਆ, ਤੁਹਾਨੂੰ ਇਸ ਕਰਕੇ ਪਾਇਆ ਕਿ ਜੇ ਕੋਈ ਸਾਡੇ 'ਤੇ ਹਮਲਾ ਕਰਦਾ ਦੇਸ਼ 'ਤੇ ਉਹਨਾਂ ਤੁਸੀਂ ਮੂੰਹ ਤੋੜ ਜਵਾਬ ਦਿਓਗੇ। ਜਦੋਂ ਦੂਜੀਆਂ ਸਰਕਾਰਾਂ ਸੀ ਤੁਸੀਂ ਇਹ ਗੱਲ ਕਹਿੰਦੇ ਸੀ ਜਦੋਂ ਤੁਸੀਂ ਮੇਰੀ ਸਰਕਾਰ ਲੈ ਕੇ ਆਓਗੇ ਮੈਂ ਸਿਰ ਦੇ ਵੱਟੇ ਸਿਰ ਲੈ ਕੇ ਆਊਂਗਾ। ਜੇ ਉਹ ਇੱਕ ਸਿਰ ਲੈ ਕੇ ਜਾਣਗੇ ਸਾਡੇ ਫੌਜੀਆਂ ਦਾ ਵੱਢ ਕੇ, ਸਾਡੇ ਜਵਾਨਾਂ ਦਾ ਵੱਢ ਕੇ, ਮੈਂ 10 ਸਿਰ ਲੈ ਕੇ ਆਊਂਗਾ। ਮੈਂ ਅੱਜ ਮੋਦੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਚਾਈਨਾ ਕਿੰਨੇ ਕਿਲੋਮੀਟਰ ਸਾਡੇ ਅੰਦਰ ਵੜ ਚੁੱਕੀ ਹੈ, ਆਪਾਂ ਕਿਉਂ ਚੁੱਪ ਬੈਠੇ ਹਾਂ? ਕੀ ਗੱਲ, ਸਾਡੇ ਕੋਲ ਫੌਜ ਨਹੀਂ ਹੈ, ਸਾਡੇ ਕੋਲ ਅਸਲਾ ਨਹੀਂ ਹੈ, ਸਾਡੇ ਕੋਲ ਕੋਈ ਐਡੇ ਵੱਡੇ ਅਸਲੇ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਰੋਕ ਸਕਦੇ? ਅਸੀਂ ਕਿਉਂ ਚੁੱਪ ਬੈਠੇ ਹਾਂ? ਕਿਉਂਕਿ ਅਸੀਂ ਬਣਦੇ ਹੀ ਉਹਨਾਂ ਦੇ ਆਸਰੇ 'ਤੇ ਹੈ, ਅਸੀਂ ਬਣਦੇ ਹੀ ਉਹਨਾਂ ਦੀ ਮਿੱਤਰਤਾ ਦੇ ਨਾਲ ਹੈ। ਮੋਦੀ ਜੀ ਇਹ ਤੁਹਾਨੂੰ ਲੋਕ ਦੇਖੋ
जे इत्थे कांग्रेस नहीं रही, इत्थे जनता दल नहीं रही, इत्थे होर दूजियां दीयां सरकारां नहीं रहियां, ये मोदी जी थोड़ी सरकार भी इत्थे बाला चर नहीं रहनी, क्योंकि जे जिथे 65 साल 60 साल कांग्रेस ने दम ते जोर ते कीता, उन्होंने चाके उन्होंने पलटा लवा दिता, इत्थे जनता दल ने बड़ी बारी सरकार बनाई, उन्होंने चाके लोगों ने पासे कर दिता, तो इत्थे भारतीय जनता पार्टी की सरकार मोदी सरकार भी टिकी नहीं रहने वाली इत्थे, क्योंकि देश के साडे लोग सारे हालात जानते हैं, उन्होंने वार वार लोगों दी इत्थे सरकार बना के भारत दे विच देख लिया। मैं मोदी जी थोनू बेनती करदा, तुसीं लोगों नू बहुत वड्डे लारे लाए सीगे, तुसी लोगों ने झूठ बोले सीगे, तुसी लोगों ने कहा सीगे थोड़ू मैं इहो जिहा देश बना दूंगा कि बाहरले मुल्कां नू कट के रख देंगे, तुसी कहा सी मैं इत्थे देश दे विच कोई गरीब नहीं रहन देना, अज साडे देश दे अज ओह हालात बने हैं, अज साडे लोग रोटी खाण तों मजबूर बैठे है, जे भयानक बीमारी आ गई तुसी उहदे च किसे दी इक रुपये की हैल्प नहीं कर चुके। मैं पिछली बार भी यह गल कही सी कि मोदी जी तुसी लोगों नू 15-15 लाख रुपए का लारा लाया, तुसी मुड़ के कहता सी ते जुमला खेडिया सी कि तुसी जो सरकार बनाउणी सी उदों लोगों ने कहा कि मैं जुमला खेडा सी, जिहड़ा देश का प्रधानमंत्री बनता, जिहड़ा मुख साडे सूबे का मुख्यमंत्री बनता, उहदी जिहड़ी आवाज़ हुंदी है वह टल हुंदी है, लोग उहनूं सच्चाई मानदे वी जिहड़ी इहने जबान दे विचों गल कर ली है वह जबान दे उत्तों खरा उतरूगा और साडे वादे पूरे करूगा। इत्थे ना ही साडी सूबे की सरकार ना ही साडी भारत सरकार ये गल कहिंदी है कि बई गरीबी मैं इत्थे रहण नहीं दूंगी, मैनूं इह लगदा कि तुसीं गरीबां नूं नहीं रहण देणा। अज नौजवान लोग रस्सियां चुम रहे आ, नौजवान लोग रस्सियां चुम रहे, कल भी साडे लुधियाने दे विच इक साथी दे हत्थ हत्या की है जहरीली चीज़ पा के, वह दुखी हो गया लोगों के लैने देने तो, इसे दे देखिए देश दे विच बहुत जिहड़े आ नौजवान जिहड़े आ फांसी आपके गलों के ला रहे थोड़े तो दुखी होंगे हुए, तुम लोगों को रुजगार का प्रबंध करके दे रहे हो, उधर जी सा सरकार है सूबे की उतों की पुलिस है सूबे की वह लुट्ट लगी मास्क के नाते, 10-5 रुपए का मास्क पैंता वो तुम मास्क 5-10 रुपए का लोगों को दे नहीं सकते, वो नाते लोगों के 500-500 रुपया तुम लुट रहे हो, दसो की थोड़िया सरकार लोगों का फायदा कर दी। लोग मैं अगे भी गल कही सी कि लोग तो रोटी नूं तरस रहे हैं, लोग तो सोच रहे कि असी 400-500 रुपए ने शाम नूं अपना घर किदां चलाईए, लोगों के सिर किस्तां टुट्टियां, साडा देश 90% साडा देश लोगों के लोन पर चलता, लोगों के स्कूटर लोन पर, लोगों के मोटरसाइकिल लोन पर, लोगों दी कारां लोन पर, लोगों दी फ्रिजां लोन पर आ। सूबा सरकार पंजाब सरकार इस गल की शर्म ही नहीं करती, तो चलाना के नाते मुख्यमंत्री दसदा सी इन्ने चलान करते, शर्म करो इन्ने चलान करते, मुहत करते तुम लोगों के पैसे रोते 500-500 रुपया कि थोड़ा 500-500 रुपये ने खजाना भरना, जे थोड़ा लोग 500-500 रुपये देंगे तो 500-500 गालां भी कढ़ते हैं नाल दी नाल कि साडी जेब चो ही 500 रुपया सी वो धक्के नाल लुट लिया। तो मैं थोनों ये बेनती करदा, अगे भी बेनती की सी इहो जिहा काम छड्डो, मेहरबानी करके लोगों नू रोटी खाण दा हल दसो, लोगों नू कारोबार दिओ, कोई लोगों नू नौकरियां दिओ, लोगों नू मोबाइल दिओ, हुंदी बच्चों नू कहिंदे स्कूल लग देणगे बच्चे किदां पढ़नगे। तुसी ये सूबा सरकार ने साडी कैप्टन सरकार ने वादा कीता सी कि मैं जिहड़े नौजवान आ उन्हां नू नौकरियां देवांगा, उन्हां नू 2500-2500 रुपया मैं भत्ता देवांगा, मैं उन्हां नू मोबाइल देवांगा। हुण मोबाइल देवे सरकार, हुण बच्चे घर बैठे लोगों के, हुण बच्चों ने पढ़ना, बच्चों का साल साल वैसे ही खराब हो जाना, हुण वंडो खा मोबाइल, मंत्री जी वेरका जी चन्नी जी सारे सुते पे हो, वेरका साहब चन्नी जी कहो कैप्टन सरकार नू भी गरीबां दे बच्चे, लोगों के बच्चे, आम लोगों के बच्चे वो घर के मोबाइल नहीं है, वो कहदे ना पढ़न। वेरका साहब तुसी बड़े गरीबां दे हमदर्दी बोलते हो, चन्नी जी तुसी बड़े गरीबां दे हमदर्दी बोलते हो, पंजाब दे विच तुसी कहने असी दलतां दे असी हमदर्दी हाँ, वेरका साहब तुसी कहने असी लोगों के हमदर्दी हैं, जे हमदर्दी तुहानू कैप्टन साहब नूं कह के दो गरीबां नूं मोबाइल, तुसी अपनी सरकार बनाउण मौके कहा सीगा वी असी जिहड़े मोबाइल लोगों नूं देने हैं ते मोबाइल देने कदों आ, हुण कहो सरकार नूं वंडो मोबाइल, लियाओ मोबाइल, हुण चाइना तों तुहानूं मोबाइल मिलने नहीं, वो तो आर्डर तुहाडे कैंसल हो गए, हुण आप बना लो, आप बना के दे दिओ जां कितों होर लै के दे दिओ। तां इहो जिहियां गल्लां छड्डो, लोगों नूं रुजगार दिओ, लोगों नूं पढ़ाई वाले पासे तोरवो, लोगों नूं पढ़ाउण वाले पासे तोरो, लोगों नूं जिहड़े सरकार स्कूल है हुण लोग रो रहे आ, हाई कोर्ट ने विदेश करता भी नहीं फीस तुहानूं देनी पई, देऊ पऊगी कित्थों दऊगी, ये सरकार प्रबंध करे, सरकार लोगों की फीस दे उन्हां नूं, लोग कित्थों देण, लोगों के कोल काम कार ही नहीं है, लोगों अंदरों निकलने का कोई उन्हां कोल हल ही नहीं हैगा, जे कोई 2-4 घंटे काम करते हैं वो साडे जांदे जी कोई मोटरसाइकिल ते जांदा देख ले, जिहड़े जिहड़े मर्जी चौंक च लगे हुए घेर के वो लिया भी 500 लिया भी 300 लिया भी 1000 भी वो लुट के वो लै जांदे आ, लोग रोंदे आ। तां सरकार इहो जिहा काम करे जिहदे नाल लोगों नूं रुजगार मिले, इहो जिहा काम लोगों नाल करे सरकार, अच्छे दिन लैके आओ, पर मैनूं नहीं लगदा तुसीं अच्छे दिन लैके आओगे, क्योंकि थोनूं पता हुंदा
ਤੁਹਾਨੂੰ ਸੀ ਆਈ ਡੀ ਤੋਂ ਪਤਾ ਲੱਗ ਜਾਣਾ ਉਦੋਂ ਬਾਅਦ ਸਾਡੀ ਵਾਰੀ ਹੋਣ ਵਾਲੀ ਨਹੀਂ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਆਹੀ ਵਾਰੀ ਹੈਗੇ ਹਾਂ, ਅਸੀਂ ਹੁਣ ਇੱਥੋਂ ਚੱਲਦੇ ਹੋ ਜਾਣਾ, ਜਿਹੜਾ ਕੁਛ ਕਰਨਾ ਸੀ ਅਸੀਂ ਕਰ ਲਿਆ, ਜਿੰਨਾ ਕੁ ਅਸੀਂ ਲੁੱਟਣਾ ਸੀ ਲੋਕਾਂ ਨੂੰ ਲੁੱਟ ਲਿਆ। ਹੁਣ ਸਾਡੇ ਦੇਖੋ ਤੁਸੀਂ ਨਜ਼ਰ ਮਾਰੋ ਆਸੇ ਪਾਸੇ, ਸੜਕਾਂ ਸਾਡੀਆਂ ਟੁੱਟੀਆਂ ਪਈਆਂ, ਕਰੋਨਾ ਦੀ ਭਿਆਨਕ ਬਿਮਾਰੀ ਨਾਲ ਲੋਕ ਅੰਦਰ ਵੜੇ ਹੋਏ ਆ, ਸਬਜ਼ੀਆਂ ਦੇ ਭਾਅ ਜਿਹੜੇ ਅਸਮਾਨਾਂ 'ਤੇ ਚੜ੍ਹ ਚੁੱਕੇ ਆ, ਉਹ ਲੋਕ ਵੱਖਰੇ ਜਿਹੜੇ ਆ, ਗੈਸ ਵੈਸੇ ਵੱਖਰੀ ਹੈ, ਆਹ ਰਹਿੰਦੀ ਖੁੰਹਦੀ ਮੋਦੀ ਸਰਕਾਰ ਨੇ ਪੈਟਰੋਲ ਡੀਜ਼ਲ ਦਾ ਭਾਅ ਤੋੜ ਕੇ ਦੁਨੀਆ ਦਾ ਅੰਤ ਕਰਾਤਾ। ਆਹ ਪਹਿਲੀ ਸਰਕਾਰ ਆਈ ਹੈ, ਇੱਥੇ ਕਾਂਗਰਸ ਦੀ ਸਰਕਾਰ ਵੀ ਰਹੀ, ਇੱਥੇ ਕੌਮਨਿਸਟ ਜਨਤਾ ਦਲ ਦੀ ਸਰਕਾਰ ਵੀ ਰਹੀ, ਇੱਥੇ ਕੌਮਨਿਸਟ ਅਤੇ ਕਾਂਗਰਸ ਦੀ ਸਰਕਾਰ ਵੀ ਰਹੀ। ਅੱਜ ਤੇਲ ਦੇ ਉੱਤੇ ਉਹ ਵੀ ਸਾਥੀ ਸਾਡੇ ਕੌਮਨਿਸਟ ਬੋਲਦੇ ਰਹੇ, ਨਾਥੋਂ ਵੀ ਕਦੇ ਪਾ ਨਹੀਂ ਸਕੇ। ਕੌਮਨਿਸਟਾਂ ਦੀ ਜਿੰਨੇ ਵਾਰੀ ਵੀ ਸਰਕਾਰ ਜਨਤਾ ਦਲ ਦੇ ਨਾਲ ਜਾਂ ਕਾਂਗਰਸ ਦੇ ਨਾਲ ਬਣੀ, ਉਦੋਂ ਵੀ ਹਰ ਵਾਰੀ ਤੇਲ ਦੇ ਭਾਅ ਵੱਧਦੇ ਹੀ ਰਹੇ। ਪਰ ਅੱਜ ਭਾਰਤੀ ਜਨਤਾ ਪਾਰਟੀ ਨੇ ਤਾਂ ਹੱਦ ਕਰਾਤੀ, ਜਦੋਂ ਕਿ ਡੀਜ਼ਲ ਹਮੇਸ਼ਾ 35-40% ਪੈਟਰੋਲ ਤੋਂ ਥੱਲੇ ਹੁੰਦਾ, ਕਿਉਂਕਿ ਉਹ ਕਿਸਾਨ ਨੇ ਵੀ ਵਰਤਣਾ, ਅਸੀਂ ਵੀ ਖੇਤੀ ਕਰਦੇ ਹਾਂ, ਕਿਸਾਨ ਨੇ ਵੀ ਉਹ ਵਰਤਣਾ ਹੁੰਦਾ, ਉਹਨੂੰ ਪਤਾ ਇੰਜਨ ਚਲਾਉਣਾ, ਜੋ ਚੀਜ਼ ਦਾ ਟਰੈਕਟਰ ਚੱਲਣਾ, ਜੋ ਵੀ ਚੱਲਣਾ ਡੀਜ਼ਲ ਨਾਲ ਚੱਲਣਾ। ਇਹ ਸਰਕਾਰ ਨੇ ਸਾਡੀ ਭਾਰਤ ਸਰਕਾਰ ਨੇ ਜਾਣ ਬੁੱਝ ਕੇ ਕੀਤਾ, ਕਿਉਂਕਿ ਉਹਨੂੰ ਪਤਾ ਵੀ ਦੇਸ਼ ਦੇ 90% ਲੋਕ ਇਹ ਬਿਜ਼ਨਸਮੈਨ ਲੋਕ ਹੈ, ਇਹਨਾਂ ਨੂੰ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ ਭਾਰਤੀ ਜਨਤਾ ਪਾਰਟੀਆਂ ਨੂੰ। ਇਹਨਾਂ ਨੇ ਇਹ ਅੰਕੜਾ ਕੱਢਿਆ ਵੀ ਦੇਸ਼ ਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਦੀ ਸੇਲ ਹੁੰਦੀ ਹੈ। ਜਦੋਂ ਇਹਨਾਂ ਨੂੰ ਪਤਾ ਕਿ ਡੀਜ਼ਲ ਦੀ ਸੇਲ ਜ਼ਿਆਦਾ, ਪੈਟਰੋਲ ਦੀ ਸੇਲ ਘੱਟ ਹੈ, ਤਾਂ ਇਹਨਾਂ ਨੇ ਡੀਜ਼ਲ ਦਾ ਰੇਟ ਵਧਾਉਣ ਵਾਲਾ ਜਿਹੜਾ ਕੰਮ ਜਾਣ ਬੁੱਝ ਕੇ ਕੀਤਾ, ਜਦੋਂ ਕਿ ਸਾਡੇ ਦੇਸ਼ ਗੁਆਂਢ ਦੇ ਵਿੱਚ ਇਹੀ ਪੈਟਰੋਲ 30-35 ਰੁਪਏ ਲੀਟਰ ਸਾਡੇ ਨਾਲ ਪਾਕਿਸਤਾਨ ਦੇ ਵਿੱਚ ਸਸਤਾ, ਜਦੋਂ ਕਿ ਪਾਕਿਸਤਾਨ ਦਾ ਤੇਲ ਵੀ ਉੱਥੇ ਆਉਂਦਾ, ਸਾਡਾ ਤੇਲ ਵੀ ਉੱਥੇ ਆਉਂਦਾ। ਸਾਡੇ ਜਿਹੜੇ ਅੱਜ ਮੀਡੀਆ ਵਾਲੇ ਕਿਉਂ ਨਹੀਂ ਇਹ ਖੁੱਲ੍ਹ ਕੇ ਬੋਲਦੇ ਵੀ ਜਦੋਂ ਦੂਜੇ ਦੇਸ਼ਾਂ ਦੇ ਵਿੱਚ ਤੇਲ ਸਸਤਾ, ਸਾਡਾ ਕਿਉਂ ਇੰਨਾ ਮਹਿੰਗਾ? ਕਿਉਂਕਿ ਇਹਨਾਂ ਨੇ GST ਟੈਕਸ ਹੀ ਇਹਨੇ ਲਾਏ ਹੋਏ ਆ, ਤੇਲ ਨਹੀਂ ਮਹਿੰਗਾ। ਇਹ ਲੋਕਾਂ ਨੂੰ ਕਹਿੰਦੇ ਇਹਦੇ ਸਾਡੇ ਇਹਨਾਂ ਦਾ, ਮੈਂ ਤੇਲ ਮੰਤਰੀ ਸੁਣਿਆ ਬੋਲਦਾ ਕਿ ਉਹ ਕਹਿੰਦਾ ਇਹਦੇ ਵਿੱਚ ਅਸੀਂ ਕੁਛ ਸਕਿਓਰ ਕਰ ਨਹੀਂ ਸਕਦੇ। ਤੁਸੀਂ ਕਿਉਂ ਨਹੀਂ ਕਰ ਸਕਦੇ? ਤੁਸੀਂ ਆਪਣਾ ਟੈਕਸ ਘਟਾ ਕੇ, ਤੁਸੀਂ ਆਪਣੀ GST ਜਿਹੜੀ ਉੱਤੇ ਲਾਈ ਆ ਉਹਨੂੰ ਘਟਾ ਕੇ ਲੋਕਾਂ ਨੂੰ ਸਹੂਲਤ ਦੇ ਸਕਦੇ ਹੋ, ਤੁਸੀਂ ਲੋਕਾਂ ਨੂੰ ਇਹਦੀ ਸਹੂਲਤ ਬਿਲਕੁਲ ਮਿਲ ਸਕਦੀ ਹੈ। ਤੁਸੀਂ ਕਹਿੰਦੇ ਜੀ ਇਹ ਉੱਪਰਲਾ ਜੀ ਇਹ ਜੀ ਦੇਸ਼ ਦਾ ਹੁੰਦਾ ਜੀ, ਇਹਦੇ ਵਿੱਚ ਅਸੀਂ ਕੋਈ ਕਰ ਨਹੀਂ ਸਕਦੇ। ਤੁਸੀਂ ਕਰ ਸਕਦੇ ਹਾਂ, ਲੁੱਟਣਾ ਲੋਕਾਂ ਨੂੰ ਬੰਦ ਕਰੋ, ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤੁਹਾਨੂੰ ਬਖਸ਼ਣਗੇ ਨਹੀਂ, ਤੁਹਾਡੀ ਸਰਕਾਰ ਮੁੜ ਕੇ ਇੱਥੇ ਆਊਗੀ ਨਹੀਂ ਦੇਸ਼ ਦੇ ਵਿੱਚ। ਮੈਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਇੱਕ ਵਾਰੀ ਪੂਰੇ ਦੇਸ਼ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਤੋਂ ਤੁਸੀਂ ਇੱਕ ਵਾਰੀ ਲੈ ਕੇ ਆਓ ਕਿ ਜਿਹੜੀ ਤੁਹਾਨੂੰ ਇਹ ਜਿਹੜਾ ਰਾਹ ਮਿਲ ਸਕੇ, ਕਿਉਂਕਿ ਤੁਹਾਨੂੰ ਕਾਂਗਰਸ ਆ ਜੇ ਚਾਹੇ ਤੁਹਾਨੂੰ ਭਾਰਤੀ ਜਨਤਾ ਪਾਰਟੀ ਆ ਜੇ, ਇਹ ਤੁਹਾਨੂੰ ਹੱਲ ਜਿਹੜਾ ਇਹਦਾ ਕਰਕੇ ਨਹੀਂ ਦੇਣਗੇ, ਇਹ ਤੁਹਾਨੂੰ ਲੁੱਟਣ ਦਾ ਹੀ ਕੰਮ ਕਰਨਗੇ। ਇਹ ਬਿਜ਼ਨਸਮੈਨ ਬੰਦੇ ਆ, ਇਹਨਾਂ ਨੂੰ ਬਿਜ਼ਨਸ ਤਾਂ ਹੀ ਮਤਬਲ ਹੈ, ਇਹਨਾਂ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਇਹਨਾਂ ਨੂੰ ਕੋਈ ਮਤਬਲ ਨਹੀਂ ਗਾ। ਇਹ ਲੋਕਾਂ ਨੇ ਜੀਣਾ ਕਿੱਦਾਂ, ਇਹਨਾਂ ਲੋਕਾਂ ਨੇ ਆਪਣੇ ਘਰ ਸ਼ਾਮ ਨੂੰ ਕਿੱਦਾਂ ਚਲਾਉਣੇ ਆ, ਇਹਨਾਂ ਦੇ ਘਰ ਰੋਟੀ ਪੱਕਦੀ ਹੈ ਜਾਂ ਨਹੀਂ ਪੱਕਦੀ ਹੈ, ਇਹਨਾਂ ਨੂੰ ਕੋਈ ਮਤਬਲ ਨਹੀਂ ਗਾ। ਹੁਣ ਇੰਨਾ ਜੇ ਇਹਨਾਂ ਨੂੰ ਪਤਾ ਹੁੰਦਾ, ਹੁਣ ਮਹੀਨਾ ਕਿ ਇਹਨਾਂ ਲੋਕਾਂ ਨੇ ਰਾਸ਼ਨ ਦਾ ਵੰਡਣ ਦਾ ਲਾਰਾ ਲਾਇਆ ਸੀਗਾ, ਲਓ ਜੀ ਬੜਾ ਹੀ ਰਾਸ਼ਨ ਵੰਡ ਰਹੇ ਹਾਂ, ਹੁਣ ਕੀ ਗੱਲ, ਹੁਣ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਪੂਰਾ ਹੋ ਗਿਆ, ਹੁਣ ਲੋਕਾਂ ਨੂੰ ਰਾਸ਼ਨ ਮਿਲ ਗਿਆ? ਹੁਣ ਲੋਕ ਜਿਹੜੇ ਆ ਫਾਂਸੀ ਦੇ ਰੱਸੇ 'ਚੋਂ ਮਰੇ ਆ ਗਰੀਬ, ਉਹ ਕਹਿੰਦੇ ਮੈਂ ਤਾਂ ਮਰ ਗਿਆ ਵੀ ਮੇਰੇ ਘਰੇ ਰਾਸ਼ਨ ਨਹੀਂ ਸੀਗਾ। ਇੱਕ ਬੰਦਾ ਪਿੱਛੇ ਜੇ ਮਰਿਆ, ਲੋਕ ਗਰੀਬੀ ਤੋਂ ਤੰਗ ਆ ਕੇ ਮਰ ਰਹੇ ਆ। ਇਹ ਸਰਕਾਰਾਂ ਨੂੰ ਸੋਚਣਾ ਚਾਹੀਦਾ, ਤਾਂ ਤੁਹਾਡੀ ਲੋਕਾਂ ਨੇ ਸਰਕਾਰ ਬਣਾਈ ਸੀ, ਅਤੇ ਨਹੀਂ ਤਾਂ ਦੇਖ ਲਓ ਜਿਵੇਂ ਅਗਲੀਆਂ ਸਰਕਾਰਾਂ ਜਨਤਾ ਦਲ ਦੀਆਂ ਉੱਡੀਆਂ ਜਾਂ ਕਾਂਗਰਸ ਦੀਆਂ ਉੱਡੀਆਂ, ਇਹ ਮੋਦੀ ਸਰਕਾਰ ਵੀ ਉੱਡ ਜੂਗੀ ਇੱਕ ਦਿਨ। ਅਤੇ ਮੈਂ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਤੋਂ ਬਚਣ ਲਈ, ਤੁਹਾਡੇ ਕੋਲ ਇੱਕੋ ਰਸਤਾ ਦੇਸ਼ ਦੇ ਵਿੱਚ ਬਚਦਾ ਵਾ, ਉਹ ਬਹੁਜਨ ਸਮਾਜ ਦਾ, ਉਹ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਲੈ ਕੇ ਤੁਹਾਨੂੰ ਆਉਣੀ ਪਊਗੀ, ਤਾਂ ਹੀ ਤੁਹਾਡਾ ਬਚਾਓ। ਇਸ ਤੋਂ ਬਾਅਦ ਤੁਹਾਡਾ ਕੋਈ ਬਚਾਅ ਨਹੀਂ ਹੈ। ਜੈ ਭੀਮ, ਜੈ ਭਾਰਤ।